केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। ਜੰਡਿਆਲਾ ਗੁਰੂ ਸ਼ਹਿਰ ਦੇ ਮੁਹੱਲਾ ਨੂਰ ਦੀ ਬਾਜ਼ਾਰ ਵਿੱਚ ਸ਼੍ਰੀ ਕ੍ਰਿਸ਼ਨ ਸੇਵਕ ਸਭਾ ਵੱਲੋਂ ਦੂਜਾ ਸਾਲਾਨਾ ਜਾਗਰਣ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਅੰਮ੍ਰਿਤਸਰ ਤੋਂ ਆਸ਼ੂ ਚੌਹਾਨ ਐਂਡ ਪਾਰਟੀ ਅਤੇ ਸੁਨੈਨਾ ਨੰਦਾ ਐਂਡ ਪਾਰਟੀ ਨੇ ਮਾਤਾ ਦੀਆਂ ਸੁੰਦਰ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਮਾਤਾ ਦੀਆਂ ਸੁੰਦਰ ਝਾਕੀਆਂ ਵੀ ਇਸ ਜਾਗਰਣ ਵਿੱਚ ਕੱਢੀਆਂ ਗਈਆਂ। ਇਸ ਮੌਕੇ ਸ਼੍ਰੀ ਕ੍ਰਿਸ਼ਨ ਸੇਵਾ ਸਭਾ ਦੇ ਪ੍ਰਧਾਨ ਮੋਨੂ, ਕਰਨ, ਹਨੀ, ਚੇਤਨ, ਮੋਹਿਤ ਅਤੇ ਸਮੂਹ ਮੈਂਬਰਾਂ ਵੱਲੋਂ ਆਸ਼ੂ ਚੌਹਾਨ ਅਤੇ ਸੁਨੈਣਾ ਨੰਦਾ ਐਂਡ ਪਾਰਟੀ ਨੂੰ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਸ਼੍ਰੀ ਕ੍ਰਿਸ਼ਨ ਸੇਵਾ ਸਭਾ ਦੇ ਮੈਂਬਰਾਂ ਵੱਲੋਂ ਜਾਗਰਣ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਗਈਆਂ। ਜੰਡਿਆਲਾ ਗੁਰੂ ਤੋਂ ਪਿੰਕੂ ਆਨੰਦ ਦੀ ਰਿਪੋਰਟ। ਹਾਂਜੀ, ਅੱਜ ਦੇ ਜਾਗਰਣ ਬਾਰੇ ਜਾਣਕਾਰੀ। ਜੈਕਾਰਾ ਸ਼ੇਰਾਵਾਲੀ ਦਾ। ਓ ਸੱਚੇ ਦਰਬਾਰ ਕੀ ਜੈ। ਸਾਡੇ ਮੱਲੇ ਨੂਰ ਦੀ ਬਾਜ਼ਾਰ ਦੇ ਵਿੱਚ ਸ਼੍ਰੀ ਕ੍ਰਿਸ਼ਨ ਸੇਵਕ ਸਭਾ ਵੱਲੋਂ ਜੰਡਿਆਲਾ ਗੁਰੂ ਵੱਲੋਂ ਮਾਂ ਭਗਵਤੀ ਦਾ ਜਾਗਰਣ ਕਰਾਇਆ ਜਾ ਰਿਹਾ ਹੈ, ਜੋ ਕਿ ਦੂਸਰਾ ਹੈ। ਇਹ ਬੱਚੇ ਜਿਹੜੇ ਤਲ ਦਿਖਾਏ ਜਾ ਰਹੇ ਨੇ, ਇਹਨਾਂ ਦੇ ਸਹਿਯੋਗ ਨਾਲ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਹ ਜਗਰਾਤਾ ਹੋਇਆ ਹੈ। ਅਤੇ ਇਹਦੇ ਵਿੱਚ ਕੋਈ ਹੋਰ ਸਹਿਯੋਗ ਵੀ ਦਿੰਦਾ? ਦੇਖੋ ਜੀ, ਅਸੀਂ ਕਿਸੇ ਨੂੰ ਫੋਰਸ ਨਹੀਂ ਕਰਦੇ। ਜਿਸਦੀ ਇੱਛਾ ਹੋਵੇ, ਜਿੰਨਾ ਦਾਨ ਦੇਣਾ ਚਾਹੇ ਉਹ ਦੇ ਸਕਦਾ ਹੈ। ਸ਼ੇਰਾਲੀ ਦਾ। ਓ ਸੱਚੇ ਦਰਬਾਰ ਕੀ ਜੈ। ਸ਼੍ਰੀ ਕ੍ਰਿਸ਼ਨਾ ਸੇਵਕ ਸਭਾ ਵੱਲੋਂ ਮਹਾਮਾਈ ਦਾ ਦੂਸਰਾ ਜਾਗਰਣ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ, ਜਿਸ ਵਿੱਚ ਪਹੁੰਚੇ ਹੋਏ ਕਲਾਕਾਰ ਆਸ਼ੂ ਚੌਹਾਨ ਅਤੇ ਸੁਨੈਨਾ ਨੰਦਾ ਐਂਡ ਪਾਰਟੀ ਅੰਮ੍ਰਿਤਸਰ ਤੋਂ ਮਹਾਮਾਈ ਦਾ ਗੁਣਗਾਨ ਕੀਤਾ ਅਤੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਲੰਗਰ ਵੀ ਅਟੁੱਟ ਵਰਤਾਇਆ ਗਿਆ। ਇਸੇ ਖੁਸ਼ੀ ਵਿੱਚ ਹਰ ਸਾਲ ਮਹਾਮਾਈ ਸਾਨੂੰ ਇਹ ਸੇਵਾ ਦਾ ਮੌਕਾ ਦੇਵੇ। ਅਸੀਂ ਹਰ ਸਾਲ ਮਹਾਮਾਈ ਦਾ ਜਾਗਰਣ ਕਰਾਵਾਂਗੇ। ਸਾਰੇ ਸ਼ਹਿਰ ਦੇ ਸਹਿਯੋਗ ਨਾਲ ਮਹਾਮਾਈ ਦਾ ਜਾਗਰਣ ਕਰਾਈਦਾ ਵਾ ਅਤੇ ਮਹਾਮਾਈ ਦਾ ਜਾਗਰਣ ਏਦਾਂ ਹੀ ਕਰਵਾਉਂਦੇ ਰਹਾਂਗੇ। ਜੈਕਾਰਾ ਚਿੰਤਾਪੁਰਨੀ ਦਾ। ਬੋਲ ਸੱਚੇ ਦਰਬਾਰ ਕੀ ਜੈ।
देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के पीडी न्यूज़ हक सच और इंसाफ की आवाज़ आपको रखे सबसे आगे।